ਕੰਧਾਂ ਤੇ ਕੀਤੇ ਹੋਏ ਰੰਗ ਜਿਹੜੇ, ਜਿਨ੍ਹਾਂ ਦੇ ਉੱਤੇ ਕੁਝ ਭੱਦੀ ਸ਼ਬਦਾਵਲੀ ਜਿਹੜੀ ਹੈ ਲਿਖੀ ਗਈ ਹੈ, ਜੋ ਕਿ ਨਾ ਤਾਂ ਤੁਸੀਂ ਪੜ੍ਹ ਸਕਦੇ ਹੋ, ਤੁਹਾਨੂੰ ਸ਼ਰਮ ਆਵੇਗੀ, ਨਾ ਹੀ ਤੁਸੀਂ ਪੜ੍ਹ ਕੇ ਸੁਣਾ ਸਕਦੇ ਹੋ ਜੀ। ਪਬਲਿਕ ਪ੍ਰੋਪਰਟੀ ਹੈ, ਸਮਾਰਟ ਸਿਟੀ ਦੇ ਅੰਡਰ ਆਉਂਦਾ ਵਾ, ਅਤੇ ਇੱਥੇ ਇਹਨਾਂ ਨੇ ਜੋ ਸ਼ਬਦਾਵਲੀ ਲਿਖੀ ਹੋਈ ਆ, ਅਸੀਂ ਨਹੀਂ ਬੋਲ ਨਹੀਂ ਸਕਦੇ ਵੀ ਜੋ ਇੱਥੇ ਗੰਦ ਲਿਖਿਆ ਸੀ। ਫੈਸਲਾ ਦਿੱਤਾ ਵੀ ਇਹਨਾਂ ਨੂੰ ਜਲਦ ਤੋਂ ਜਲਦ ਬਦਲਿਆ ਜਾਵੇ, ਕਿਉਂਕਿ ਆਮ ਜਨਤਾ ਜਿਹੜੀ ਹੈ ਸ਼ਾਇਦ ਲੰਘਦੀ ਹੋਈ ਸ਼ਰਮ ਦੇ ਨਾਲ ਸਿਰ ਝੁਕਾਉਣ ਵਾਲੀ। ਹੁਣ ਕੈਮਰਾ ਦੇਖ ਸਕਦਾ ਵਾ ਵੀ ਇੱਥੇ ਜੋ ਲਿਖਿਆ ਸੀਗਾ, ਤੁਸੀਂ ਜੱਜ ਨਹੀਂ ਕਰ ਸਕਦੇ ਕੀ ਲਿਖਿਆ ਸੀ। ਦਿਸ ਇਜ਼ ਪੰਜਾਬ ਲਿਖਿਆ ਸੀ ਨੈਗੇਟਿਵ ਸੈਂਸ ਦੇ ਵਿੱਚ ਵੀ, ਕਿਹਾ ਪੰਜਾਬ ਹੈ, ਉਸਨੂੰ ਅਸੀਂ ਪੋਜ਼ਿਟਿਵ ਸੈਂਸ 'ਚ ਚੇਂਜ ਕਰਤਾ, ਦਿਸ ਇਜ਼ ਪੰਜਾਬ, ਮੇਰਾ ਸੋਹਣਾ ਪੰਜਾਬ। ਉਹਨਾਂ ਦੀ ਲਾਈਨ ਮਟਿਆਈ ਨਹੀਂ ਹੈ, ਪਰ ਅਸੀਂ ਉਹਦੇ ਉੱਤੇ ਉਹਨੂੰ ਐਡ ਕਰਕੇ ਉਹਨੂੰ ਨੈਗੇਟਿਵ ਤੋਂ ਪੋਜ਼ਿਟਿਵ ਕਰਤਾ। ਇਹ ਜਿਹੜੇ ਯੂਥ ਹੈ, ਆਰਟਿਸਟਿਕ ਟਾਈਪ ਦੇ ਯੂਥ ਨੇ, ਜਿਹੜੇ ਵਿਗੜੀਆਂ ਹੋਈਆਂ ਔਲਾਦਾਂ, ਸੋ ਕਾਲਡ ਜਿਹੜੇ ਹੈਗੇ ਨੇ, ਉਹਨਾਂ ਦੇ ਇਹ ਕੰਮ ਹੈਗੇ ਨੇ। ਯੂਅਰ ਹੇਅਰ ਐਟ 5:23, ਮਤਲਬ ਇਹ ਹਿੰਮਤ ਦੇਖੋ। ਟਾਈਮਿੰਗ ਵੀ ਇਹਨਾਂ ਨੇ ਦਿੱਤੀ ਹੋਈ ਹੈ, ਜੇ ਇਹ ਟਾਈਮਿੰਗ ਜੇ ਇਹਨਾਂ ਨੇ ਸ਼ਾਮ ਦਾ 5 ਵਜੇ ਦਾ ਦਿੱਤਾ, ਸ਼ਾਮ ਦਾ ਕੰਮ ਨਹੀਂ ਹੈਗਾ, ਇਹ ਮਾਰਨਿੰਗ ਦਾ ਕੰਮ ਲੱਗ ਰਿਹਾ ਹੈ। ਗ੍ਰੈਫਿਟੀ ਕਰੋ, ਤੁਹਾਨੂੰ ਵਾਲ ਦਿੰਦੇ ਅਸੀਂ, ਉੱਥੇ ਆਪਣਾ ਆਰਟ ਵਰਕ ਦਿਖਾਓ, ਨਾ ਕਿ ਇੱਥੇ ਗੰਦ ਲਿਖਣ ਆਪਣੇ, ਜੇ ਐਵੇਂ ਦਾ ਗੰਦ ਲਿਖਣਾ ਘਰੇ ਆਉਣ ਆਪਣੇ ਵੀ। ਇੱਥੋਂ ਬੱਚੇ ਲੰਘਦੇ ਨੇ, ਸਕੂਲ ਦੀਆਂ ਬੱਸਿਸ ਇੱਥੋਂ ਲੰਘਦੀਆਂ ਨੇ, ਇੱਥੋਂ ਪੇਰੈਂਟਸ ਵੀ ਨਿਕਲਦੇ ਨੇ, ਲੇਡੀਜ਼ ਨਿਕਲਦੀਆਂ ਨੇ, ਉਹ ਜੋ ਨਿਗਾਹ ਪੈਂਦੀ ਹੋਏਗੀ ਤਾਂ ਉਹਦਾ ਕੀ ਅਸਰ ਪੈਂਦਾ ਹੋਏਗਾ ਦੱਸੋ। ਤੁਸੀਂ ਇਹ ਦੇਖ ਸਕਦੇ ਹੋ ਸਮਾਈਲੀਆਂ ਬਣਾ ਕੇ, ਜਾਂ ਫਿਰ ਬਹੁਤ ਸਾਰੇ ਚਰਿੱਤਰ ਜਿਹੜੇ ਕਿ ਆਪਾਂ ਦੇਖਦੇ ਹਾਂ ਸਟਿੱਕਰਸ ਬਣੇ ਹੁੰਦੇ ਆ, ਉਸ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਆ। ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਤੁਸੀਂ, ਮੈਂ ਹਾਂ ਪ੍ਰਬਲੀਨ ਕੌਰ। ਇਸ ਟਾਈਮ ਅਸੀਂ ਮੌਜੂਦ ਹਾਂ ਲੁਧਿਆਣੇ ਦੇ ਸਦਰਨ ਬਾਈਪਾਸ ਦੇ, ਸਮਾਰਟ ਸਿਟੀ ਲੁਧਿਆਣੇ ਦੀ ਤਸਵੀਰਾਂ, ਜੋ ਕਿ ਇਸ ਵੇਲੇ ਸ਼ਾਇਦ ਲੋਕ ਕਈ ਨਾ ਕਈ ਥਾਵਾਂ 'ਤੇ ਖੁਸ਼ ਹੁੰਦੇ ਨੇ ਦੇਖ ਕੇ, ਕਈ ਚਿੱਤਰ ਜਿਹੜੇ ਨੇ ਬਣਾਏ ਜਾਂਦੇ ਨੇ, ਆ ਬਾਈਪਾਸ ਅੰਡਰਪਾਸ ਹੋ ਗਏ, ਇਹਨਾਂ 'ਤੇ ਰੰਗ ਕੀਤੇ ਜਾਂਦੇ ਨੇ, ਕੁਝ ਪੇਂਟਿੰਗਸ ਬਣਾਈਆਂ ਜਾਂਦੀਆਂ ਨੇ, ਪਰ ਕੁਝ ਸ਼ਰਾਰਤੀ ਅਨਸਰਾਂ ਦੀ ਇਹ ਸ਼ਰਾਰਤ, ਜੋ ਕਿ ਸ਼ਰਮ ਦੇ ਨਾਲ ਤੁਹਾਡਾ ਸਿਰ ਝੁਕਾ ਦੇਗੀ, ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਹਨਾਂ ਬਣਾਈਆਂ ਹੋਈਆਂ ਕੰਧਾਂ 'ਤੇ ਕੀਤੇ ਹੋਏ ਰੰਗ ਜਿਹੜੇ, ਜਿਨ੍ਹਾਂ ਦੇ ਉੱਤੇ ਕੁਝ ਭੱਦੀ ਸ਼ਬਦਾਵਲੀ ਜਿਹੜੀ ਹੈ ਲਿਖੀ ਗਈ ਹੈ, ਜੋ ਕਿ ਨਾ ਤਾਂ ਤੁਸੀਂ ਪੜ੍ਹ ਸਕਦੇ ਹੋ, ਤੁਹਾਨੂੰ ਸ਼ਰਮ ਆਵੇਗੀ, ਨਾ ਹੀ ਤੁਸੀਂ ਪੜ੍ਹ ਕੇ ਸੁਣਾ ਸਕਦੇ ਹੋ, ਜਿੱਥੇ ਕਿ ਤੁਹਾਡੇ ਨਾਲ ਕੁਝ ਸਮਾਜ ਸੇਵੀ ਜਿਹੜੇ ਨੇ, ਜਿਨ੍ਹਾਂ ਨੂੰ ਕਿ ਜਿੰਮਾ ਚੱਕਿਆ ਜੋ ਸਮਾਜ ਦਾ ਜਿਨ੍ਹਾਂ ਨੇ, ਔਰ ਜਿੱਥੇ ਕਿ ਉਹਨਾਂ ਦੇ ਵੱਲੋਂ ਫੈਸਲਾ ਦਿੱਤਾ ਗਿਆ ਕਿ ਜਲਦ ਤੋਂ ਜਲਦ ਇਹਨਾਂ ਨੂੰ ਕੁਝ ਅਲੱਗ ਤਰੀਕੇ ਦੇ ਨਾਲ ਬਦਲਿਆ ਜਾਵੇ, ਤਾਂ ਜੋ ਲੋਕ ਜਿਹੜੇ ਨੇ, ਜਿਨ੍ਹਾਂ ਨੇ ਸ਼ਰਾਰਤੀ ਅਨਸਰਾਂ ਨੇ ਸ਼ਰਮਸਾਰ ਘਟਨਾ ਜਿਸਨੂੰ ਅੰਜਾਮ ਵੀ ਦਿੱਤਾ, ਪਰ ਉਸਨੂੰ ਬਦਲਣ ਦੀ ਕੋਸ਼ਿਸ਼ ਜਿਹੜੀ ਹੈ। ਦਵਿੰਦਰ ਨਾਗੀ ਸਾਡੇ ਨਾਲ ਮੌਜੂਦ ਨੇ। ਭਾਅ ਜੀ, ਤੁਸੀਂ ਇਹ ਕਦੋਂ ਦੇਖੀਆਂ ਸੀਗੀਆਂ ਲਿਖਿਆ ਹੋਇਆ, ਅਤੇ ਕਿਵੇਂ ਫੈਸਲਾ ਦਿੱਤਾ ਵੀ ਇਹਨਾਂ ਨੂੰ ਜਲਦ ਤੋਂ ਜਲਦ ਬਦਲਿਆ ਜਾਵੇ, ਕਿਉਂਕਿ ਆਮ ਜਨਤਾ ਜਿਹੜੀ ਹੈ ਸ਼ਾਇਦ ਲੰਘਦੀ ਹੋਈ ਸ਼ਰਮ ਦੇ ਨਾਲ ਸਿਰ ਝੁਕਾਉਣ ਵਾਲੀ ਜਿਹੜੀ ਚੀਜ਼ ਦੇਖਣ ਨੂੰ ਮਿਲ ਰਹੀ ਹੈ? ਮੈਨੂੰ ਹੋ ਗਿਆ, ਮੈਨੂੰ ਲੱਗਦਾ ਹਫ਼ਤਾ 10 ਦਿਨ ਹੋ ਗਏ ਜਦੋਂ ਮੈਂ ਇੱਥੋਂ ਲੰਘਿਆ ਟੂਵਰਡ ਸਾਊਥ ਸਿਟੀ ਮੈਂ ਗਿਆ, ਅਤੇ ਉਦੋਂ ਮੇਰੀ ਨਿਗਾਹ ਪਈ ਸੀ ਇਹਦੇ 'ਤੇ, ਅਤੇ ਨਿਗਾਹ ਪਈ ਅਤੇ ਫਿਰ ਗੱਲਬਾਤ ਹੋਈ ਵੀ ਇਹਨਾਂ ਨੂੰ ਕਿਵੇਂ ਅਸੀਂ ਕਵਰ ਅਪ ਕਿਵੇਂ ਕੀਤਾ ਜਾਵੇ। ਫਿਰ ਪਰਮਿਸ਼ਨ ਲਈ ਸੀਗੀ MCL ਵਾਲਿਆਂ ਤੋਂ ਵੀ, ਇਵੇਂ ਕਰਕੇ ਪਬਲਿਕ ਪ੍ਰੋਪਰਟੀ ਹੈ, ਸਮਾਰਟ ਸਿਟੀ ਦੇ ਅੰਡਰ ਆਉਂਦਾ ਵਾ, ਅਤੇ ਇੱਥੇ ਇਹਨਾਂ ਨੇ ਜੋ ਸ਼ਬਦਾਵਲੀ ਲਿਖੀ ਹੋਈ ਆ, ਅਸੀਂ ਨਹੀਂ ਬੋਲ ਨਹੀਂ ਸਕਦੇ ਵੀ ਜੋ ਇੱਥੇ ਗੰਦ ਲਿਖਿਆ ਸੀ, ਅਤੇ ਉਹਨੂੰ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਨਾ ਅੱਖਰਾਂ ਦੇ ਨਾਲ ਹੀ ਅਸੀਂ ਇਹਨੂੰ ਚੇਂਜ ਕਰ ਦਈਏ, ਤਾਂ ਕਿ ਇਹ ਪੜ੍ਹੇ ਨਾ ਜਾਣ। ਹੁਣ ਤੁਸੀਂ ਦੇਖ ਸਕਦੇ ਹੋ ਇੱਥੇ, ਤੁਸੀਂ ਹੁਣ ਕੈਮਰਾ ਦੇਖ ਸਕਦਾ ਵਾ ਵੀ ਇੱਥੇ ਜੋ ਲਿਖਿਆ ਸੀਗਾ, ਤੁਸੀਂ ਜੱਜ ਨਹੀਂ ਕਰ ਸਕਦੇ ਕੀ ਲਿਖਿਆ ਸੀ ਇੱਥੇ। ਇਹਨੂੰ ਤੁਸੀਂ ਇੱਕ ਆਰਟ ਬਣਾ ਕੇ ਬਦਲਤਾ, ਤਾਂ ਕਿ ਲੋਕ ਵੀ ਜਿਹੜੇ ਨੇ, ਜਿਨ੍ਹਾਂ ਨੂੰ ਅੰਦਾਜ਼ਾ ਵੀ ਹੋ। ਹਾਂਜੀ ਹਾਂਜੀ ਹਾਂਜੀ, ਉਹਨਾਂ ਨੂੰ ਹੁਣ ਅੰਦਾਜ਼ਾ ਨਹੀਂ ਹੋਏਗਾ ਵੀ ਇੱਥੇ ਲਿਖਿਆ ਕੀ ਸੀ, ਅਤੇ ਇਹ ਜਿਹੜਾ ਕੰਮ ਮੈਨੂੰ ਜਿੱਥੇ ਤੱਕ ਲੱਗ ਰਿਹਾ ਕਿ ਇਹ ਜਿਹੜੇ ਯੂਥ ਹੈ, ਆਰਟਿਸਟਿਕ ਟਾਈਪ ਦੇ ਯੂਥ ਨੇ, ਜਿਹੜੇ ਵਿਗੜੀਆਂ ਹੋਈਆਂ ਔਲਾਦਾਂ, ਸੋ ਕਾਲਡ ਜਿਹੜੇ ਹੈਗੇ ਨੇ, ਉਹਨਾਂ ਦੇ ਇਹ ਕੰਮ ਹੈਗੇ ਨੇ, ਅਤੇ ਅਸੀਂ ਇਹਨਾਂ ਨੂੰ ਕਹਾਂਗੇ ਵੀ ਜੇ ਤੁਸੀਂ ਇਹੋ ਜਿਹਾ ਕੰਮ ਕਰਨਾ, ਸਾਡੇ ਤੋਂ ਪੇਂਟਸ ਲੈ ਜਾਓ, ਸਪਰੇਅ ਪੇਂਟ ਕਰੋ, ਆ ਕੇ ਗ੍ਰੈਫਿਟੀ ਕਰੋ, ਤੁਹਾਨੂੰ ਵਾਲ ਦਿੰਦੇ ਅਸੀਂ, ਉੱਥੇ ਆਪਣਾ ਆਰਟ ਵਰਕ ਦਿਖਾਓ, ਨਾ ਕਿ ਇੱਥੇ ਗੰਦ ਲਿਖਣ ਆਪਣੇ, ਜੇ ਐਵੇਂ ਦਾ ਗੰਦ ਲਿਖਣਾ ਘਰੇ ਆਉਣ ਆਪਣੇ, ਆਪਣੇ ਘਰਾਂ ਦੀਆਂ ਕੰਧਾਂ 'ਤੇ ਕਰਨ, ਛੱਤ ਦੀ ਕੰਧ 'ਤੇ ਕਰਨ, ਤਾਂ ਉੱਥੇ ਕਿਉਂ ਨਹੀਂ ਕਰਦੇ ਹੈਗੇ? ਇਸ ਦੀਵਾਰਾਂ ਦੇ ਉੱਤੇ ਲਿਖ ਕੇ ਕੀ ਸ਼ੋਅ ਕੀ ਕਰਨਾ ਚਾਹੁੰਦੇ ਨੇ?
ਵੀ ਇੱਥੋਂ ਬੱਚੇ ਲੰਘਦੇ ਨੇ, ਸਕੂਲ ਦੀਆਂ ਬੱਸਿਸ ਇੱਥੋਂ ਲੰਘਦੀਆਂ ਨੇ, ਇੱਥੋਂ ਪੇਰੈਂਟਸ ਵੀ ਨਿਕਲਦੇ ਨੇ, ਲੇਡੀਜ਼ ਨਿਕਲਦੀਆਂ ਨੇ, ਉਹ ਜੋ ਨਿਗਾਹ ਪੈਂਦੀ ਹੋਏਗੀ ਤਾਂ ਉਹਦੇ ਕੀ ਅਸਰ ਪੈਂਦਾ ਹੋਏਗਾ ਦੱਸੋ? ਜ਼ਿਆਦਾਤਰ ਦੇਖਿਆ ਜਾਵੇ ਕਿ ਫੋਰਨ ਕੰਟਰੀਜ਼ ਦੇ ਵਿੱਚ ਕਿੱਥੇ ਨਾ ਕਿੱਥੇ ਫਿਲਮਾਂ ਦੇ ਵਿੱਚ ਜੋ ਦਿਖਾਇਆ ਜਾਂਦਾ ਜਿੱਥੇ ਕਿ ਬੱਚਿਆਂ ਦਾ ਜਾਣਾ ਨਹੀਂ ਹੁੰਦਾ, ਅਲਾਊਡ ਨਹੀਂ ਹੁੰਦਾ, ਪਰ ਇਹ ਪੰਜਾਬ ਹੈ, ਪੰਜਾਬ ਦੀ ਤਸਵੀਰ ਇੱਕ ਸੋਹਣੇ ਪੰਜਾਬ ਦੀ ਹੈ, ਅਤੇ ਇਹ ਸਭ ਚੀਜ਼ਾਂ ਮੈਨੂੰ ਲੱਗਦਾ ਕਿ ਸਹੀ ਨਹੀਂ ਹੈ ਜੋ ਕਿ ਇੱਕ ਯੂਥ ਦੇ ਵੱਲੋਂ। ਨਹੀਂ, ਬਿਲਕੁਲ ਨਹੀਂ ਸਹੀ ਹੈਗੀਆਂ। ਤੁਸੀਂ ਉੱਥੇ ਦੇਖ ਸਕਦੇ ਹੋ ਵੀ ਉੱਥੇ ਉਹਨਾਂ ਨੇ ਨਾ ਪੇਂਟ ਦੇ ਨਾਲ ਲਿਖਿਆ ਵੀ ਸੀ ਦਿਸ ਇਜ਼ ਪੰਜਾਬ, ਵੀ ਇਹ ਪੰਜਾਬ ਹੈ, ਇਹ ਗੰਦ ਲਿਖਣਾ ਪੰਜਾਬ ਹੈ, ਵੀ ਤੁਸੀਂ ਇੱਥੇ ਜੋ ਤੁਸੀਂ ਨੰਬਰ ਲਿਖ ਰਹੇ ਹੋ, ਤੁਸੀਂ ਜੋ ਇੱਥੇ ਅੰਬੈਰਸ ਵਾਲੇ ਸ਼ਬਦ ਜਿਹੜੇ ਤੁਸੀਂ ਲਿਖੇ ਹੋਏ ਨੇ, ਇਹ ਪੰਜਾਬ ਹੈ, ਇਹ ਪੰਜਾਬ ਨਹੀਂ ਹੈਗਾ। ਇਹ ਜੇ ਪੰਜਾਬ ਦਿਖਾਉਣਾ ਤੁਸੀਂ ਆਪਣਾ ਆਰਟ ਵਰਕ ਦਿਖਾਓ ਪੰਜਾਬ ਦਾ, ਉਹ ਦਿਖਾ ਕੇ ਫਿਰ ਕਹੋ ਨਾ ਵੀ ਅਸੀਂ ਪੰਜਾਬੀ ਹਾਂ, ਪੰਜਾਬ ਵਾਲੇ ਇਹ ਚੀਜ਼ਾਂ ਅਲਾਊਡ ਨਹੀਂ ਕਰਨਗੇ। ਅਤੇ ਅਸੀਂ ਵੀ ਇੱਕ ਤੁਹਾਡੇ ਮੀਡੀਆ ਦੇ ਥਰੂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇੱਕ ਮੈਸੇਜ ਜੇ ਹੋ ਸਕੇ ਕਮਿਸ਼ਨਰ ਸਾਹਿਬ ਨੂੰ ਜਾਂ ਡੀ ਸੀ ਮੈਮ ਉਹਨਾਂ ਨੂੰ ਜਿਹੜੇ ਡੀ ਸੀ ਨੇ ਹੁੰਦੇ, ਵੀ ਜੇ ਇਵੇਂ ਦਾ ਕੋਈ ਬੱਚਾ ਪਕੜਿਆ ਜਾਂਦਾ ਵੈ, ਯੂਥ ਪਕੜਿਆ ਜਾਂਦਾ ਜਾਂ ਐਨੀ ਬੋਡੀ, ਉਹਦੇ ਤੋਂ ਸਖਤ ਸਜ਼ਾ ਦਿੱਤੀ ਜਾਵੇ। ਵੀ ਜਿਹੜੀ ਇੱਕ ਤਾਂ ਪਬਲਿਕ ਪ੍ਰੋਪਰਟੀ, ਇੱਕ ਜਿਹੜੀ ਆ ਇੱਥੇ ਗਲਤ ਸ਼ਬਦਾਵਲੀ ਜਿਹੜੀ ਯੂਜ਼ ਕੀਤੀ ਜਾਂਦੀ, ਉਹਦੇ ਕਰਕੇ ਇਹਨਾਂ ਨੂੰ ਪਨਿਸ਼ ਕੀਤਾ ਜਾ। ਬਹੁਤ ਬਹੁਤ ਧੰਨਵਾਦ। ਤਾਂ ਇਹ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਦੀਵਾਰਾਂ ਦੇ ਉੱਤੇ ਕੁਝ ਭੱਦੀ ਸ਼ਬਦਾਵਲੀ ਜਿਹੜੀ ਵਰਤੀ ਗਈ ਸੀ, ਤਾਂ ਇੱਥੇ ਭਾਅ ਜੀ ਨੇ ਜਿਹੜਾ ਜਿੰਮਾ ਚੱਕਿਆ, ਕਿਉਂਕਿ ਬਹੁਤ ਸਾਰੇ ਲੋਕ ਇੱਥੋਂ ਲੰਘਦੇ ਨੇ, ਬੱਚੇ ਸਕੂਲ ਦੀ ਬੱਸਾਂ ਲੈ ਕੇ ਲੰਘਦੇ ਨੇ, ਆ ਇਹੋ ਜਿਹੀ ਸ਼ਬਦਾਵਲੀ ਪੜ੍ਹ ਕੇ ਮੈਨੂੰ ਲੱਗਦਾ ਕਿ ਲੋਕ ਜਿਹੜੇ ਸ਼ਰਮ ਦੇ ਨਾਲ ਉਹਨਾਂ ਦਾ ਸਿਰ ਚੁੱਕੇਗਾ। ਕਿੱਥੇ ਲੁਧਿਆਣੇ ਨੂੰ ਸਮਾਰਟ ਸਿਟੀ ਕਿਹਾ ਜਾਂਦਾ, ਪਰ ਇਹ ਸਮਾਰਟਨੈਸ ਜਿਹੜੀ ਹੈ ਬੱਚਿਆਂ ਦੇ ਵਿੱਚ ਸ਼ਾਇਦ ਨਹੀਂ ਪਹੁੰਚੀ, ਯੂਥ ਦੇ ਵਿੱਚ ਨਹੀਂ ਪਹੁੰਚੀ। ਅਤੇ ਇੱਥੇ ਦਵਿੰਦਰ ਭਾਅ ਜੀ ਨੇ ਜਿਵੇਂ ਹਰ ਇੱਕ ਤਸਵੀਰ ਬਣੀ ਹੋਈ ਜਿਸ ਨੂੰ ਕਿ ਇੱਕ ਸੋਹਣੇ ਢੰਗ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਔਰ ਤੁਸੀਂ ਇਹ ਦੇਖ ਸਕਦੇ ਹੋ ਸਮਾਈਲੀਆਂ ਬਣਾ ਕੇ ਜਾਂ ਫਿਰ ਬਹੁਤ ਸਾਰੇ ਚਰਿੱਤਰ ਜਿਹੜੇ ਕਿ ਆਪਾਂ ਦੇਖਦੇ ਹਾਂ ਸਟਿੱਕਰਸ ਬਣੇ ਹੁੰਦੇ ਆ, ਉਸ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਆ ਦੀਵਾਰਾਂ ਦੇ ਉੱਤੇ। ਭਾਅ ਜੀ ਇੱਕ ਮੈਂ ਦੇਖ ਰਹੀ ਹਾਂ ਇੱਥੇ ਲਿਖਿਆ ਵੀ ਵਰ ਹੇਅਰ ਐਟ 5:23, ਮਤਲਬ ਇਹ ਹਿੰਮਤ ਦੇਖੋ, ਟਾਈਮਿੰਗ ਵੀ ਇਹਨਾਂ ਨੇ ਦਿੱਤੀ ਹੋਈ ਹੈ BRGTM, ਮੈਨੂੰ ਲੱਗਦਾ ਨਾਮ ਦੇ ਸਟਾਰ ਨਾਮ ਦੇ ਇਨੀਸ਼ੀਅਲਸ ਲੱਗਦੇ ਕਿਸੇ ਕੁਛ ਲੱਗ ਰਿਹਾ ਵਾ। ਵੀ ਜੇ ਇਹ ਟਾਈਮਿੰਗ ਜੇ ਇਹਨਾਂ ਨੇ ਸ਼ਾਮ ਦਾ 5 ਵਜੇ ਦਾ ਦਿੱਤਾ, ਸ਼ਾਮ ਦਾ ਕੰਮ ਨਹੀਂ ਹੈਗਾ, ਇਹ ਮਾਰਨਿੰਗ ਦਾ ਕੰਮ ਲੱਗ ਰਿਹਾ ਹੈ, ਵੀ ਅਰਲੀ ਮਾਰਨਿੰਗ ਜਿਵੇਂ ਉਦੋਂ ਦਾ ਕੋਈ ਚਲੋ ਹੁੰਦਾ ਹੀ ਨਹੀਂ, ਇੱਥੇ ਸ਼ਾਮ ਨੂੰ ਤਾਂ ਟ੍ਰੈਫਿਕ ਕਾਫੀ ਹੁੰਦਾ ਵਾ। ਅਤੇ ਆਹ ਕੰਮ ਦੇਖ ਲਓ ਇਹਨਾਂ ਦੇ ਤੁਸੀਂ ਟਾਈਮਿੰਗ ਦੇ ਰਹੇ ਨੇ, ਕਿ ਜ਼ਰੂਰਤ ਇਹਨਾਂ ਦੀ ਇੰਨੀ ਜ਼ਰੂਰਤ ਹੈਗੀ ਐਵੇਂ ਦਾ ਕੁਛ ਲਿਖਣ ਦੀ? ਤਾਂ ਸਰ ਕੀ ਕਹਿਣਾ ਚਾਹੁੰਦੇ ਹੋ? ਮੈਂ ਭਾਅ ਜੀ ਨਾਲ ਵੀ ਗੱਲਬਾਤ ਕੀਤੀ ਤਾਂ ਦੇਖਿਆ 5:23 ਟਾਈਮਿੰਗ ਲਿਖਿਆ ਹੋਵੇ, ਇੰਨੀ ਹਿੰਮਤ ਕਿਸੇ ਦੀ ਵੀ ਲਿਖ ਕੇ ਟਾਈਮ ਵੀ ਦੱਸਿਆ ਵੀ ਅਸੀਂ ਇੱਥੇ ਪਹੁੰਚੇ ਸੀ। ਦੇਖੋ ਜੀ, ਇਹ ਟਾਈਮ ਤਾਂ ਵੈਸੇ ਸਵੇਰ ਦਾ ਜਿਹੜਾ ਗੁਰੂਆਂ ਦਾ ਟਾਈਮ ਹੁੰਦਾ, ਸਵੇਰੇ 4 ਤੋਂ 6 ਤੱਕ ਆਪਾਂ ਕਹਿੰਦੇ ਬ੍ਰਹਮ ਮਹੂਰਤ ਹੁੰਦਾ, ਉਹ 'ਚ ਲੋਕ ਜਿਹੜੇ ਨੇ ਚੰਗਾ ਉੱਠ ਕੇ ਪਾਠ ਪੂਜਾ ਕਰਦੇ ਨੇ, ਪਰ ਇਹ ਪਤਾ ਨਹੀਂ ਕਿਹੜੇ ਲੋਕ ਨੇ ਜਾਂ ਕਿਹੜੇ ਬੱਚੇ ਨੇ ਜਾਂ ਵਿਗੜੇ ਹੋਏ ਜਿਹੜੇ ਇਹ ਕੰਮ ਸਵੇਰੇ ਸਵੇਰੇ ਆ ਕੇ ਕਰ ਰਹੇ, ਔਰ ਆਪਣਾ ਟਾਈਮ ਵੀ ਲਿਖ ਕੇ ਗਏ ਨੇ ਵੀ ਅਸੀਂ ਇਸ ਟਾਈਮ 'ਤੇ ਇਹ ਵਾਲਾ ਕੰਮ ਕੀਤਾ। ਇਹ ਗਲਤ ਕੰਮ ਜਿਹੜਾ ਹੋਇਆ ਔਰ ਇੰਨੇ ਲੈਵਲ 'ਤੇ ਗਲਤ ਸੀ, ਵੀ ਪੜ੍ਹਿਆ ਵੀ ਜਾਣ ਨਹੀਂ ਦੱਸ ਸਕਦਾ, ਦੱਸਣਾ ਵੀ ਬੜਾ ਮੁਸ਼ਕਲ ਲੱਗਦਾ ਉਹਨੇ ਕੀ ਲਿਖਿਆ ਸੀ। ਇਸ ਨੂੰ ਨਾਗੀ ਸਾਹਿਬ 'ਤੇ ਮੈਂ ਅਸੀਂ ਕਾਲੇ ਪੇਂਟ ਨਾਲ, ਕਿਉਂਕਿ ਲਿਖਿਆ ਹੋਇਆ ਅਤੇ ਕਾਲਾ ਹੀ ਪੇਂਟ ਅਸੀਂ ਲੈ ਕੇ ਆਏ ਤਾਂ ਕਿ ਉਸਨੂੰ ਅਸੀਂ ਬਿਲਕੁਲ ਬਲੈਕ ਕਰਕੇ ਕਵਰ ਨਹੀਂ ਕਰਨਾ, ਤਾਂ ਕਿ ਪਤਾ ਲੋਕ ਦੇਖਣਗੇ ਥੱਲੇ ਕੀ ਲਿਖਿਆ ਸੀ। ਅਸੀਂ ਇਸ ਨੂੰ ਸ਼ੇਪ ਕੁਛ ਐਸੀ ਦੇ ਰਹੇ ਹਾਂ ਵੀ ਕਦੇ ਕੋਈ ਕਾਰਟੂਨ ਬਣ ਗਏ ਜਾਂ ਕੁਛ ਹੋਰ ਹੋ ਗਿਆ, ਥੱਲੇ ਲਿਖਿਆ ਹੋਇਆ ਜਿਹੜੇ ਰਹਿੰਦੇ ਪਰ ਉਹ ਪੜ੍ਹਿਆ ਨਹੀਂ ਜਾਏਗਾ। ਅਤੇ ਹੁਣ ਇੱਕ ਆਰਟ ਦਾ ਰੂਪ ਲੈ ਲਿਆ ਇਸਨੇ, ਹੁਣ ਜਿਹੜਾ ਗੰਦਮੰਦ ਲਿਖਿਆ ਸੀ ਕਿਸੇ ਨਿਗਾਹ ਨਹੀਂ ਪਏਗਾ। ਅਤੇ ਸਾਡਾ ਕੰਮ ਜਿਹੜਾ ਸੀ ਇਹੀ ਸੀ ਵੀ ਇਸ ਨੂੰ ਲੋਕਾਂ ਤੱਕ ਇਹ ਨਾ ਹੋਵੇ ਲੋਕ ਗੰਦ ਪੜ੍ਹਨ ਅਤੇ ਕਹਿਣ ਵੀ ਆਪਣਾ ਸ਼ਹਿਰ ਕਿਹੋ ਜਿਹਾ। ਤਾਂ ਦੇਖੋ ਉੱਥੇ ਲਿਖਿਆ ਵੀ ਹੋਇਆ ਸੀ ਦਿਸ ਇਜ਼ ਪੰਜਾਬ, ਜੋ ਕਿ ਇਹਨਾਂ ਨੇ ਬਦਲ ਕੇ ਲਿਖਤਾ, ਲਿਖਿਆ ਸੀ ਦਿਸ ਇਜ਼ ਪੰਜਾਬ, ਲਿਖਿਆ ਸੀ ਨੈਗੇਟਿਵ ਸੈਂਸ ਦੇ ਵਿੱਚ ਵੀ ਕਿਹਾ ਪੰਜਾਬ ਹੈ, ਉਸਨੂੰ ਅਸੀਂ ਪੋਜ਼ਿਟਿਵ ਸੈਂਸ 'ਚ ਚੇਂਜ ਕਰਤਾ, ਦਿਸ ਇਜ਼ ਪੰਜਾਬ ਮੇਰਾ ਸੋਹਣਾ ਪੰਜਾਬ। ਉਹਨਾਂ ਦੀ ਲਾਈਨ ਮਟਿਆਈ ਨਹੀਂ ਹੈ, ਪਰ ਅਸੀਂ ਉਹਦੇ ਉੱਤੇ ਉਹਨੂੰ ਐਡ ਕਰਕੇ ਉਹਨੂੰ ਨੈਗੇਟਿਵ ਤੋਂ ਪੋਜ਼ਿਟਿਵ ਕਰਤਾ, ਹੁਣ ਇਹ ਲਿਖਿਆ ਟੋਟਲ ਉਹਨਾਂ ਦੀ ਲਾਈਨ ਵੀ ਲਿਖੀ ਚੰਗੀ ਲੱਗ ਰਹੀ ਹੈ ਇਸ ਵੇਲੇ। ਦਿਸ ਇਜ਼ ਪੰਜਾਬ ਦਾ ਇੱਕ ਲਿਖ ਕੇ ਨਾਲ
ਗਲਤ ਚਰਿੱਤਰ ਬਣਾਏ ਹੋਏ ਸੀਗੇ, ਗਲਤ ਸ਼ਬਦਾਵਲੀ ਲਿਖੀ ਸੀ, ਗਾਲਾਂ ਲਿਖੀਆਂ ਹੋਈਆਂ ਸੀ ਜੋ ਕਿ ਆਮ ਜਨਤਾ ਦੇ ਪੜ੍ਹਨ ਦੇ ਯੋਗ ਵੀ ਨਹੀਂ ਸੀ, ਤਾਂ ਇਹਨਾਂ ਨੇ ਕੈਲੀਗ੍ਰਾਫੀ ਕਰਕੇ ਕਾਰਟੂਨਿਸਟ ਤਰੀਕੇ ਦੇ ਨਾਲ ਉਸਨੂੰ ਬਦਲਿਆ, ਸਮਾਈਲੀਆਂ ਬਣਾ ਦਿੱਤੀਆਂ, ਕਿੱਥੇ ਕੋਈ ਕਾਰਟੂਨ ਬਣਾ ਦਿੱਤਾ ਕਿਸੇ ਜਾਨਵਰ ਦੀ ਤਸਵੀਰ ਬਣਾ ਕੇ, ਦਿਸ ਇਜ਼ ਪੰਜਾਬ ਨੂੰ ਮੇਰਾ ਸੋਹਣਾ ਪੰਜਾਬ ਦੇ ਵਿੱਚ ਬਦਲ ਦਿੱਤਾ। ਤੁਸੀਂ ਇਹ ਜੋ ਤਸਵੀਰਾਂ ਦੇਖ ਰਹੇ ਹੋ ਲੁਧਿਆਣੇ ਸ਼ਹਿਰ ਦੇ ਸਦਰਨ ਬਾਈਪਾਸ ਦੀਆਂ ਨੇ, ਜਿੱਥੇ ਕਿ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਸਵੇਰ ਦੇ ਤੜਕੇ ਸਵੇਰੇ 5:30 ਵਜੇ ਇਹ ਜਿਹੜੀ ਹੈ ਇਸਨੂੰ ਅੰਜਾਮ ਦਿੱਤਾ ਗਿਆ, ਪਰ ਇਹਨਾਂ ਦੇ ਵੱਲੋਂ ਕੈਲੀਗ੍ਰਾਫੀ ਦੇ ਤੌਰ ਦੇ ਤਰੀਕੇ ਦੇ ਵਿੱਚ ਇਸ ਨੂੰ ਬਦਲ ਦਿੱਤਾ ਗਿਆ, ਕਿਉਂਕਿ ਪੰਜਾਬ ਦੀ ਇਹ ਤਸਵੀਰ ਸ਼ਾਇਦ ਮੈਸੇਜ ਜਿਹੜਾ ਬਹੁਤ ਗਲਤ ਦੇ ਸਕਦੀ ਹੈ, ਕਿਉਂਕਿ ਬਹੁਤ ਸਾਰੇ ਬੱਚੇ ਇੱਥੋਂ ਲੰਘਦੇ ਨੇ, ਬਹੁਤ ਸਾਰੇ ਲੋਕ ਇੱਥੋਂ ਲੰਘਦੇ ਨੇ ਜਿਨ੍ਹਾਂ ਦੇ ਵਾਸਤੇ ਕਿ ਇਹ ਪੜ੍ਹਨ ਯੋਗ ਵੀ ਨਹੀਂ ਸੀ, ਇਸ ਹੱਦ ਤੱਕ ਲਿਖਿਆ ਸੀ। ਅਸੀਂ ਤੁਹਾਨੂੰ ਤਸਵੀਰਾਂ ਵੀ ਜਿਹੜੀਆਂ ਨੇ ਉਸਨੂੰ ਦਿਖਾ ਨਹੀਂ ਸਕਦੇ, ਕਿਉਂਕਿ ਬਹੁਤ ਗਲਤ ਤਰੀਕੇ ਦੇ ਨਾਲ ਸ਼ਬਦਾਵਲੀ ਜਿਹੜੀ ਹੈ ਵਰਤੀ ਗਈ ਸੀ, ਪਰ ਹੁਣ ਜਿਹੜੀ ਹੈ ਸਾਰੀ ਬਦਲ ਦਿੱਤੀ ਗਈ ਹੈ। ਅਤੇ ਇਹ ਸ਼ਰਾਰਤੀ ਅਨਸਰਾਂ ਦੇ ਵਾਸਤੇ ਇੱਕ ਸੁਨੇਹਾ ਹੀ ਹੈ ਕਿ ਜੇਕਰ ਇਹੋ ਜਿਹੀਆਂ ਤਸਵੀਰਾਂ ਤੁਸੀਂ ਬਣਾਉਣੀਆਂ ਤਾਂ ਆਪਣੇ ਘਰ ਦੀ ਛੱਤਾਂ 'ਤੇ ਕਿਉਂ ਨਹੀਂ ਬਣਾ ਸਕਦੇ, ਆਪਣੇ ਘਰ ਦੀ ਰੂਮ ਦੇ ਵਿੱਚ ਕਿਉਂ ਨਹੀਂ ਬਣਾ ਸਕਦੇ, ਲੋਕ ਪਬਲਿਕ ਪ੍ਰੋਪਰਟੀ ਜਿਹੜੀ ਹੈ ਉਸਨੂੰ ਕਿਉਂ ਡਿਸਟਰੋਏ ਕੀਤਾ ਜਾ ਸਕਦਾ। ਅਤੇ ਉੱਥੇ ਪ੍ਰਸ਼ਾਸਨ ਦੇ ਅੱਗੇ ਵੀ ਅਪੀਲ ਕੀਤੀ ਗਈ ਹੈ ਇਹਨਾਂ ਦੇ ਵੱਲੋਂ ਕਿ ਜਲਦ ਤੋਂ ਜਲਦ ਇਸ ਦੇ ਉੱਤੇ ਐਕਸ਼ਨ ਲਿੱਤਾ ਜਾਵੇ, ਜੇਕਰ ਕੋਈ ਕਰਦਾ ਹੋਇਆ ਇਹੋ ਜਿਹੀ ਹਰਕਤ ਨੂੰ ਫੜਿਆ ਜਾਵੇ ਤਾਂ ਉਸਨੂੰ ਜਲਦ ਤੋਂ ਜਲਦ ਸਜ਼ਾ ਵੀ ਦਿੱਤੀ ਜਾਵੇ। ਹੋਰ ਵਧੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ। ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਕੌਰ।